ਆਮ ਕਰਕੇ ਆਪਣੇ ਸਮਾਜ ਵਿੱਚ ਕੀ ਹੁੰਦਾ ਹੈ ਚੰਗਾ ਬੰਦਾ ਚਲਾ ਜਾਵੇ ਤੇ ਆਪਾਂ ਰੋਂਦੇ ਆਂ ਚੰਗਾ ਚਲਾ ਜਾਵੇ ਆਪਾਂ ਰੋਂਦੇ ਆਂ ਆਪਾਂ ਕੀ ਕਹਨੇ ਆਂ ਬਹੁਤ ਮਾੜਾ ਹੋਇਆ ਬਹੁਤ ਹੀ ਮਾੜਾ ਹੋਇਆ ਇਹਨੂੰ ਜਾਣਾ ਨਹੀਂ ਸੀ ਚਾਹੀਦਾ ਬਹੁਤ ਮਾੜਾ ਹੋਇਆ ਰੋਂਦੇ ਆਂ ਤੇ ਜੇ ਕੋ ਮਾੜਾ ਬੰਦਾ ਚਲਾ ਜਾਵੇ ਫਿਰ ਆਪਾਂ ਨਹੀਂ ਰੋਂਦੇ ਆਪਾਂ ਕਹਿੰਦੇ ਚਲੋ ਚੰਗਾ ਸੀ ਧਰਤੀ ਤੇ ਭਾਰ ਮਗਰੋਂ ਲੱਥਾ ਖਿਮਾ ਕਰਦੇ ਆ ਜੇ ਕਈ ਵਾਰੀ ਸਾਡੇ ਅੰਦਰੋਂ ਇਹ ਬੋਲ ਨਿਕਲ ਜਾਂਦੇ ਆ ਪਰ ਜਿਹੜਾ ਪੈਮਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਉਹ ਇਹਦੇ ਬਿਲਕੁਲ ਵਿਪਰੀਤ ਹੈ ਕਿਵੇਂ ਵਿਪਰੀਤ ਹੈ ਸਤਗੁਰ ਪਾਤਸ਼ਾਹ ਜੀ ਦਾ ਪਾਵਨ ਬਚਨ ਸੁਣਿਆ ਜੇ ਸਾਬ ਜੀ ਕਹਿੰਦੇ ਸੰਤ ਮੂਏ ਕਿਆ ਰੋਈਐ ਇੱਕ ਵਾਰੀ ਫੇਰ ਪੜੋ ਸੰਤਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਉਹ ਤੇ ਨਿਜ ਘਰ ਦੇ ਵਿੱਚ ਚਲੇ ਗਏ ਸੰਤ ਦੇ ਸਰੀਰਕ ਤੌਰ ਤੇ ਜਾਣ ਦੇ ਉੱਤੇ ਰੋਵੋ ਨਾ ਅਫਸੋਸ ਨਾ ਕਰੋ ਸੰਤ ਮੂਏ ਕਿਆ ਰੋਈਐ ਕਾਹਦਾ ਰੋਣਾ ਹੋਇਆ ਜੋ ਆਪਣੇ ਗ੍ਰਹਿ ਜਾਏ ਉਹ ਤੇ ਆਪਣੇ ਨਿਜ ਘਰ ਦੇ ਵਿੱਚ ਚਲੇ ਗਏ ਜਿੱਥੋਂ ਆਏ ਸੀ ਨਾ ਜਨ ਪਰ ਉਪਕਾਰੀ ਆਏ ਨਾ ਤੇ ਜਨਮ ਦੇ ਵਿੱਚ ਨੇ ਨਾ ਮਰਨ ਦੇ ਵਿੱਚ ਨੇ ਉੱਥੇ ਚਲੇ ਗਏ ਜਨਮ ਮਰਨ ਦੂਹ ਮਹ ਨਾਹੀ ਜਨ ਪਰ ਉਪਕਾਰੀ ਆਏ ਜਿੱਥੋਂ ਆਏ ਸੀ ਉੱਥੇ ਚਲੇ ਗਏ ਸਹਿਬ ਜੀ ਕਹਿੰਦੇ ਸੰਤ ਮੋਏ ਕਿਆ ਰੋਈ ਹੈ ਜੋ ਆਪਣੇ ਗਹਿ ਜਾਏ ਰੋਬੋ ਸਾਕਤ ਵਾਪਰੇ ਜੇ ਰੋਣਾ ਹੈ ਤਾਂ ਰੱਬ ਤੋਂ ਟਟਿਆ ਨੂੰ ਰੋਵੋ ਜਿਹੜੇ ਜਨਮ ਗਵਾ ਗਏ ਆਪਣਾ ਰਹਿਣ ਗਵਾਈ ਸੋਇਕਾ ਜਿਬ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀਆਂ ਬਦਲਿਆ ਜਾਏ ਜਿਨ੍ਹਾਂ ਨੇ ਹੀਰੇ ਵਰਗਾ ਜਨਮ ਕੌਡੀਆਂ ਦੇ ਮੁੱਲ ਵੇਚ ਦਿੱਤਾ ਨਾ ਸਾਬ ਜੀ ਕਹਿੰਦੇ ਉਹਨਾਂ ਨੂੰ ਰੋਬੋ ਚੰਗੀਆਂ ਨੂੰ ਕਾਹਦਾ ਰੋਣਾ ਹੋਇਆ ਇਹ ਤੇ ਜੀਵਨ ਸਫਲ ਕਰ ਗਏ ਇਹ ਤੇ ਭਲਾ ਕਰਨ ਆਏ ਸੀ ਭਲਾ ਕਰਦੇ ਸਰੀਰਕ ਤੌਰ ਦੇ ਉੱਪਰੋਂ ਚਲੇ ਗਏ ਸੋ ਇੱਥੇ ਰੋਣਾ ਨਹੀਂ ਹੈ ਇਹ ਰੋਣ ਦਾ ਵਿਸ਼ਾ ਨਹੀਂ ਹੈ ਦੁਨੀਆ ਚੰਗੀਆਂ ਨੂੰ ਰੋਂਦੀ ਏ ਮਾਰੀਆਂ ਨੂੰ ਨਹੀਂ ਰੋਂਦੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਚੰਗੀਆਂ ਨੂੰ ਨਾ ਰੋਵੋ ਮਾਰੀਆਂ ਨੂੰ ਰੋਵੋ ਵੀ ਜਨਮ ਗਵਾ ਗਏ ਆਪਣਾ ਵੀ ਕੀ ਖਟਿਆ ਭਾਈ ਧਿਆਨ ਦੇ ਅਜੇ ਇੱਕ ਵਾਰੀ ਫਿਰ ਪੜੋ ਤੁਕ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਬ ਹੋ ਸਾਖਤ ਵਾਪਰੇ ਸਾਖਤ ਕਿਆ ਜਾਂਦਾ ਰੱਬ ਤੋਂ ਟੁੱਟਾ ਰੋਬ ਹੋ ਸਾਖਤ ਵਾਪਰੇ ਜੋ ਹੱਟ ਐ ਹਾਟ ਬਿਕਾਏ ਜਿਹੜੇ ਹੱਟੀ ਹੱਟੀ ਤੇ ਵਿਕਦੇ ਫਿਰਦੇ ਨੇ ਹੱਟੀ ਹੱਟੀ ਕੀ ਹੁੰਦਾ ਕਦੀ ਇਸ ਜੂਨੀ ਵਿੱਚ ਤੇ ਕਦੀ ਉਸ ਜੂਨੀ ਵਿੱਚ ਨਿਕਲਦੇ ਹੀ ਨਹੀਂ ਪਏ ਹੱਟੀ ਹੱਟੀ ਤੇ ਵਿਕਦੇ ਪਏ ਨੇ ਬੋਲੋ ਬੇ ਆਪਣੇ ਆਗੁਣਾ ਦੇ ਕਰਕੇ ਆਪਣੇ ਗੁਨਾਹਾਂ ਦੇ ਕਰਕੇ ਹੱਟੀ-ਹੱਟੀ ਤੇ ਵਿਗਦੇ ਪਏ ਨੇ ਕਦੀ ਇਸ ਜੂਨ ਦੇ ਵਿੱਚ ਕਦੀ ਉਸ ਜੂਨ ਦੇ ਵਿੱਚ ਕਦੀ ਪਰਲੀ ਹੱਟੀ ਕਦੀ ਉਦੋਂ ਪਰਲੀ ਹੱਟੀ ਦੇ ਉੱਪਰ